ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਕਾਦੀਆਂ ਵਿੱਚ ਬੀਤੇ ਦਿਨੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਦੇ ਸਾਹਮਣੇ ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕਾਂਗਰਸ ਸਰਕਾਰ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਸਿੱਖ ਸੰਗਠਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਗੁਰਬਾਣੀ ਕੀਰਤਨ ਕਰਕੇ ਆਪਣਾ ਰੋਸ ਜਤਾਇਆ ਗਿਆ। ਸਿੱਖ ਸੰਗਠਨਾਂ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੇਅਦਬੀ ਕਾਂਡ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਸੀ ਅਤੇ ਕਾਂਗਰਸੀ ਨੇਤਾਵਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਬਰਗਾੜੀ ਕਾਂਡ ਨੂੰ ਹੀ ਮੁੱਦਾ ਬਣਾ ਕੇ ਆਪਣੀ ਚੋਣ ਜਿੱਤੀ ਸੀ, ਪਰ ਇਸ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਦੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸੇ ਲਈ ਰੋਸ ਦੇ ਵਜੋਂ ਹੀ ਉਹਨਾਂ ਨੇ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਹਾਲਾਂਕਿ ਇਸ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਘਰ ਵਿੱਚ ਮੌਜੂਦ ਨਹੀਂ ਸਨ। ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਇਸੇ ਜਥੇਬੰਦੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਵੀ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਪਰ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਖੁਦ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ ਅਤੇ ਉਹਨਾਂ ਨੇ ਖੁਦ ਹੀ ਆਪਣੀ ਹੀ ਸਰਕਾਰ ਨੂੰ ਇਸ ਸੰਬੰਧ ਵਿੱਚ ਕਠਹਿਰੇ ਵਿੱਚ ਵੀ ਖੜਾ ਕਰ ਦਿੱਤਾ ਸੀ। ਹਾਂਜੀ ਭਾਅ ਜੀ, ਅੱਜ ਦੂਸਰਾ ਐਤਵਾਰ ਸੀ ਔਰ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਦੇ ਸਾਹਮਣੇ ਕੀ ਯਾਦ ਕਰਵਾਉਣਾ ਚਾਹੁੰਦੇ ਇਹਨਾਂ ਨੂੰ? ਅਸੀਂ ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਵਾਅਦੇ ਯਾਦ ਕਰਾਉਣਾ ਚਾਹੁੰਦੇ ਹਾਂ। ਅਸੀਂ ਪਹਿਲਾਂ ਐਲਾਨ ਕੀਤਾ ਸੀ ਕਿ ਪੰਜਾਬ ਦੇ ਉਹ ਮੰਤਰੀ ਅਤੇ MLA ਜਿਨ੍ਹਾਂ ਨੇ ਜਜ਼ਬਾਤੀ ਭਾਸ਼ਣ ਦੇ ਕੇ ਪੰਜਾਬ ਦੀਆਂ ਵਿਧਾਨ ਸਭਾ 2017 ਅਤੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਫਾਇਦਾ ਲਿਆ ਬਰਗਾੜੀ ਬਾਈਬਲ ਕਲਾ ਦੇ ਮੁੱਦੇ ਦੇ ਉੱਤੇ, ਖਾਸ ਕਰਕੇ ਸਿੱਖ ਵੋਟਾਂ ਨੂੰ ਠੱਗਿਆ ਸਿੱਖ ਵੋਟਰਾਂ ਨੂੰ। ਅਤੇ ਇਹ ਜਿਹੜੇ ਪੰਜ ਸਵਾਲ ਅਸੀਂ ਇਹਨਾਂ ਦੇ ਮੂਹਰੇ ਅੱਜ ਖੜ੍ਹੇ ਕੀਤੇ ਨੇ, ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੂੰ ਪੁੱਛੇ ਸੀ, ਉਹਨਾਂ ਨੇ ਜਵਾਬ ਮੌਕੇ 'ਤੇ ਦਿੱਤੇ ਸੀ, ਪਰ ਅੱਜ ਬਾਜਵਾ ਸਾਹਿਬ ਆਪਣੇ ਘਰ ਨਾ ਹੋਣ ਕਰਕੇ ਜਵਾਬ ਨਹੀਂ ਦੇ ਸਕੇ। ਅਸੀਂ ਚਾਹੁੰਦੇ ਹਾਂ ਕਿ ਮੀਡੀਆ ਰਾਹੀਂ ਉਹ ਪੰਜਾਂ ਸਵਾਲਾਂ ਦੇ ਜਵਾਬ ਦੇਣ ਕਿ ਅੱਜ ਇਹਨਾਂ ਦੀ ਸਰਕਾਰ ਦੇ 3 ਸਾਲ ਬੀਤ ਚੁੱਕੇ ਨੇ, ਤੁਸੀਂ 5 ਵਾਅਦੇ ਕੀਤੇ ਸੀ। ਪਹਿਲਾਂ ਬਾਈਬਲ ਕਲਾ ਦੇ ਉੱਤੇ ਸਿਰਫ ਤੁਹਾਡੀ ਸਿੱਟ ਦਾ ਇੱਕੋ ਹੀ ਅਫਸਰ ਕੰਮ ਕਰ ਰਿਹਾ, ਬਾਕੀ ਸਾਰੇ ਅਫਸਰ ਆਪਣੇ ਆਪ ਨੂੰ ਸਿੱਟ ਤੋਂ ਅਲੱਗ ਕਰਕੇ ਬੈਠੇ ਹੋਏ ਨੇ, ਔਰ ਉਹਦੇ ਜਿਹੜੇ ਮਾਸਟਰ ਮਾਈਂਡ ਨੇ ਔਰ ਗੋਲੀਆਂ ਚਲਾਉਣ ਦੇ ਆਰਡਰ ਦੇਣ ਵਾਲੇ ਅੱਜ ਵੀ ਤੁਹਾਡੀ ਜਾਂਚ ਦੇ ਘੇਰੇ ਤੋਂ ਬਾਹਰ ਨੇ। ਦੂਸਰਾ ਬਰਗਾੜੀ ਜਿਹਦੇ ਵਿੱਚ ਮਾਸਟਰ ਮਾਈਂਡ ਰਾਮ ਰਹੀਮ ਅਤੇ ਹੋਰ ਜਿਹੜੇ ਬਾਕੀ ਦੋਸ਼ੀ ਆ ਜਿਨ੍ਹਾਂ ਨੇ ਬੇਅਦਬੀ ਕਰਵਾਈ ਔਰ ਜਿਨ੍ਹਾਂ ਨੇ ਬੇਅਦਬੀ ਕਰਵਾਉਣ ਵਾਲਿਆਂ ਨੂੰ ਸ਼ਹਿ ਦਿੱਤੀ, ਇਸੇ ਮੰਤਰੀ ਬਾਜਵਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਇਹਨਾਂ ਸਾਰਿਆਂ ਨੂੰ ਸਜ਼ਾ ਦੇਵਾਂਗੇ ਔਰ ਇਨਸਾਫ ਕਰਾਂਗੇ। ਅੱਜ ਉਹ ਜਾਂਚ ਜਿਹੜੀ ਆ ਉਹ ਕਿੱਥੇ ਪਹੁੰਚੀ ਹੈ, ਤੁਹਾਡੀ ਜਾਂਚ ਦੀਆਂ ਫਾਈਲਾਂ CBI ਦੇ ਕੋਲ ਰੁਲ ਰਹੀਆਂ ਨੇ, ਹਾਲੇ ਤੱਕ 16 ਮਹੀਨੇ ਬੀਤਣ ਦੇ ਬਾਵਜੂਦ ਵਾਅਦਾ ਕਰਕੇ ਵੀ ਤੁਸੀਂ CBI ਤੋਂ ਕੇਸ ਵਾਪਸ ਨਹੀਂ ਲੈ ਸਕੇ। ਤੁਸੀਂ ਅੱਤਵਾਦ ਦਾ ਰੌਲਾ ਪਾਉਂਦੇ ਹੋ ਕਿ ਪੰਜਾਬ ਦੇ ਵਿੱਚ ਅੱਤਵਾਦ ਨਹੀਂ ਵਧਣ ਦੇਵਾਂਗੇ, ਪਰ ਸਾਡੀ ਨਜ਼ਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬ 'ਚ ਹੋਇਆ ਅੱਤਵਾਦੀ ਹਮਲਾ ਮੌੜ ਬੰਬ ਧਮਾਕੇ ਦੀ ਜਾਂਚ, ਜਦੋਂ ਤੁਹਾਡੀ ਸਿੱਟ ਦੋਸ਼ੀਆਂ ਦੀ ਬਰੂਹਾਂ ਤੱਕ ਪਹੁੰਚ ਚੁੱਕੀ ਹੈ, ਤੁਸੀਂ ਉਸਦੀ ਜਾਂਚ ਜਿਹੜੀ ਆ ਜਾਣ ਬੁੱਝ ਕੇ ਠੱਪ ਕਰਕੇ ਬੈਠੇ ਹੋ, ਦੋਸ਼ੀਆਂ ਨਾਲ ਰਲੇ ਹੋਏ ਹੋ। ਔਰ ਸਭ ਤੋਂ ਵੱਡੀ ਗੱਲ, 2007 ਦਾ ਕੇਸ ਜਿਹੜਾ ਇੱਕ ਵੱਡਾ ਕਾਰਨ ਹੈ, ਔਰ ਤੁਹਾਡੀ ਸਿੱਟ ਨੇ ਵੀ ਮੰਨਿਆ ਕਿ ਜੇ ਉਸ ਕੇਸ ਵਿੱਚ ਸਜ਼ਾ ਹੋਈ ਹੁੰਦੀ ਤਾਂ ਬਰਗਾੜੀ ਦੀ ਬੇਅਦਬੀ ਹੋਣੀ ਨਹੀਂ ਸੀ। 2007 ਵਾਲਾ ਕੇਸ ਰੀਓਪਨ ਕਰਨ ਲਈ ਤੁਸੀਂ ਹੁਣ ਤੱਕ ਕੀ ਕੀਤਾ? ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣਗੇ। ਜਿਹੜੇ ਪਹਿਲਾਂ ਸਾਡਾ ਪ੍ਰੋਟੈਸਟ ਸੀਗਾ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸਾਨੂੰ ਆਪ ਮਿਲੇ ਸੀ, ਅਤੇ ਉਹਨਾਂ ਨੇ ਆਪਣੇ ਉਹੀ ਵਚਨਬੱਧਤਾ ਜਿਹੜੀ
ਖੜ੍ਹੇ ਹੋ ਕੇ ਬੋਲੀ ਸੀ ਉਹੀ ਉਹਨਾਂ ਨੇ ਕਹੀ ਹੈ ਵੀ ਹਾਂ ਅਸੀਂ ਇਹਦੇ 'ਤੇ ਹਜੇ ਵੀ ਵਚਨਬੱਧ ਹਾਂ ਔਰ ਅਸੀਂ ਕਰਾਂਗੇ ਐਕਸ਼ਨ ਲਵਾਂਗੇ। ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਹੁਣ ਬੋਲਾਂ 'ਤੇ ਯਕੀਨ ਨਹੀਂ ਕਰਦੇ, ਅਸੀਂ ਐਕਸ਼ਨ 'ਤੇ ਯਕੀਨ ਕਰਾਂਗੇ, ਦੇਖਦੇ ਹਾਂ ਕਿ ਸਰਕਾਰ ਕੀ ਕਰਦੀ ਹੈ। ਔਰ ਦੂਸਰਾ ਜਿਹੜਾ ਹੈਗਾ, ਅੱਜ ਜਦੋਂ ਅਸੀਂ ਆਏ ਹੈਗੇ ਹਾਂ ਇੱਥੇ ਤ੍ਰਿਪਤ ਇੰਦਰਪਾਲ ਸਿੰਘ ਬਾਜਵਾ ਦੇ ਘਰ, ਉਹ ਅੱਜ ਸਾਨੂੰ ਮਿਲੇ ਨਹੀਂ ਹੈ, ਪਰ ਹਾਂ ਉਹਨਾਂ ਦੇ ਕੁਛ ਨੁਮਾਇੰਦੇ ਸੀਗੇ, ਉਹਨਾਂ ਨੇ ਸਾਡੇ ਕੋਲੋਂ ਜਿਹੜਾ ਹੈਗਾ ਆ ਉਹ ਸਾਡੀ ਗੱਲ ਨੂੰ ਸੁਣਿਆ ਹੈ। ਦੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਅੱਗੇ ਕੀ ਕਰਦੀਆਂ, ਔਰ ਅਸੀਂ ਸਿਰਫ ਅਤੇ ਸਿਰਫ ਇਹਨਾਂ ਨੂੰ ਯਾਦ ਕਰਾਉਣ ਆਏ ਹਾਂ, ਇਹਨਾਂ ਦੇ ਐਕਸ਼ਨ 'ਤੇ ਦੇਖਾਂਗੇ ਕੀ ਕਰਦੇ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।